ਮੇਰਾ ਨਾਮ ਜਵੇਦ ਇਕਬਾਲ ਹੈ ਵਾਲਦ ਸਾਹਿਬ ਦਾ ਨਾਮ ਖਾਨ ਮੁਹੰਮਦ ਸਕਨਾ ਹੈ ਘਰ ਵਾਲਾ ਇਥੋਂ ਦਾ ਮਰਿਆਸ਼ੀ ਆ ਆਜ਼ਮ ਵਲਦ ਬਹਾਦਰ ਖਾਨ ਮੇਰੇ ਵਾਲਦ ਸਾਹਿਬ ਕੋਲ ਫਰਾਡ ਨਾਲ ਜਗਾ ਨਾਂ ਲਵਾਈਏ 2 ਕਨਾਲੀ ਤੇ 4 ਮਰਲੇ ਵਾਲਦ ਸਾਹਿਬ ਦਾ ਜ਼ہنی ਤوازن ਨਹੀਂ ਸੀ ਸਹੀ ਤੇ ਇਹਨਾਂ ਫਰਾਡ ਨਾਲ ਜਗਾ ਨਾਂ ਲਵਾਈਏ ਫਿਰ ਮੈਂ ਇਹਨਾਂ ਕੋਲ ਜਿਸ ਵਕਤ ਪੈਸੇ ਮੰਗੇ ਨੇ ਇਹਨਾਂ ਵਾਲਦ ਸਾਹਿਬ ਨੂੰ ਤੇ ਮੈਂ ਆਖਿਆ ਸੀ ਤਨਫਾਇਰ ਮਾਰ ਛੇਣਾ ਸਾਡੇ ਕੋਲ ਪੈਸੇ ਨਾ ਮੰਗੀ ਤੇ ਅੱਜ ਏਸੀ ਸਾਹਿਬ ਤੇ ਐਸ ਐਚਓ ਸਾਹਿਬ ਪਟਵਾਰੀ ਸਾਹਿਬ ਗਰਦੌਰ ਸਾਹਿਬ ਆਏ ਨੇ ਇਹ ਪਿੱਛੇ ਮੇਰਾ ਮਕਾਨ ਹੈ ਇਹ ਹੀ ਮੇਰੇ ਕੋਲ ਰਹਿ ਗਿਆ ਤੇ ਇਹ ਵੀ ਮੇਰੇ ਕੋਲ ਖੋਣਾ ਚਾਹੁੰਦੇ ਨੇ ਤੇ ਕੇਸ ਚੱਲਦਾ ਪਿਆ ਅਦਾਲਤ ਵਿੱਚ ਇਹ ਉਸ ਅਦਾਲਤ ਦਾ ਨੋਟਿਸ ਹੈ ਮੇਰੇ ਹੱਥ ਵਿੱਚ ਹੈ ਮੈਂ ਇਸੇ ਇਸੇ ਸਾਹਿਬ ਨੂੰ ਵਿਖਾਇਆ ਐਸਐਚਓ ਸਾਹਿਬ ਨੂੰ ਵਿਖਾਇਆ ਉਹਨਾਂ ਆਖਿਆ ਇਸ ਦਾ ਨੋਟਿਸ ਦੀ ਕੀ ਸਟੇ ਦੀ ਕੀ ਅਹਿਮੀਅਤ ਹੈ ਨਾ ਇਸ ਕੇਸ ਦੀ ਕੋਈ ਅਹਿਮੀਅਤ ਹੈ ਤੂੰ ਮਕਾਨ ਖਾਲੀ ਕਰ ਮੇਰੇ ਨਾਲ ਸਰਾਸਰ ਜ਼ਿਆਤੀ ਹੋ ਰਹੀ ਹੈ ਤੇ ਕਰਾ ਮੇਰੇ ਨਾਲ ਇਹ ਸਾਰੇ ਰਹਿ ਨੇ ਆਜ਼ਮ ਵਲਦ ਬਾਦਰ ਖਾਂ ਆਜ਼ਮ ਵਲਦ ਮਮਨਸੇਨ غلام رسول ਵਲਦ ਮਮਨਸੇਨ ਯਕੂਬ ਵਲਦ ਮਮਨਸੇਨ ਆਰਫ ਵਲਦ ਮਿਰਜਾ ਖਾਂ ਇਹ ਸਾਰੇ ਸਰ ਜੀ ਮੇਰੇ ਨਾਲ ਜ਼ਿਆਤੀ ਕਰਾ ਰਹੇ ਨੇ ਨਾ ਮੇਰੇ ਪੈਸੇ ਲਾਭ ਰਹੇ ਨੇ ਮੇਨ ਤੇ ਨਾ ਮੇਰੀ ਜ਼ਮੀਨ ਮੇਨ ਲਾਭ ਰਹੀ ਅਦਾਲਤ ਵਿੱਚ ਮੇਰਾ ਕੇਸ ਚੱਲਦਾ ਪਿਆ ਉਲਟਾ ਹੈ ਰੋਜ਼ ਮੇਰੇ ਬੱਚਿਆਂ ਨੂੰ ਮੈਂ ਧਮਕੀਆਂ ਦਿੰਦੇ ਨੇ ਜੇ ਤੂੰ ਪੈਸੇ ਮੰਗੇ ਜਾਂ ਤੂੰ ਕੇਸ ਹਲਟਰੇ ਹੋ ਤਾਂ ਸਤੈਨ ਗੋਲੀ ਮਾਰ ਚਲਣੀ ਹੈ ਮੇਰਾ ਕੋਈ ਨੁਕਸਾਨ ਹੋਇਆ ਜਾਂ ਮੇਰੇ ਬੱਚਿਆਂ ਦਾ ਕੋਈ ਨੁਕਸਾਨ ਹੋਇਆ ਤੇ ਸਾਰਿਆਂ ਦਾ ਜਿਨ੍ਹਾਂ ਦਾ ਮੈਂ ਨਾਮ ਲਿਆ ਸਾਰੇ ਮੇਰੀ ਜਾਨ ਦੇ ਦੁਸ਼ਮਣੇ ਨੇ ਮੇਰੇ ਬੱਚਿਆਂ ਦੀ ਜਾਨ ਦੇ ਦੁਸ਼ਮਣੇ ਨੇ ਮੈਂ ਜੋ ਹੈ ਮੈਂ ਜੋ ਹੈ ਦਾ ਪੁੱਤਰ ਆ ਸੁਬਾ ਸੁਬਾ 10 ਵਜੇ ਸਾਡੇ ਕਾਰ ਪੁਲਿਸ ਆਈਏ ਮੇਰੀ ਅਮੀ ਨਾਲ ਮੇਰੇ ਬੂ ਨਾਲ ਮੇਰੀ ਅਮੀ ਨੂੰ ਗਾਣਾ ਕੱਢਦੇ ਨੇ ਬੂ ਨੂੰ ਗਨੀਆਂ ਗਨੀਆਂ ਮੈਂ ਕਿਹਾ ਸਰ ਜੀ ਗਾਣਾ ਨਾ ਕੱਢੋ ਅਗਵਾਂਦਨ ਮੈਨੂੰ ਧਫਾ ਕੱਢ ਮਾਰਿਆ ਨਾ ਮੇਰਾ ਅਗਿਆ ਮੇਰਾ ਐਕਸੀਡੈਂਟ ਹੋਇਆ ਮੇਰੇ ਦਿਮਾਗ ਦੀ ਹੱਡੀ ਫੈਕਚਰ ਹੋਈ ਏ ਜੇ ਮੈਨ ਕੋ ਜ ਹੋ ਜਾਂਦਾ ਮੁੰਥਣਾ ਮੁੰਥਣਾ ਪਾਣਿਆ ਆੜੀ ਜਿਹੜੇ ਇਹਨਾਂ ਦੇ ਜ਼ਿੰਮੇ ਲਗਣਾ ਆਈ ਮੁਜਾਹਿਦ ਫਰੂਕ ਜਿਹੜਾ ਵੇ ਐਸ ਐਚਓ ਵੇਨਸ ਮੈਂ ਚੰਡ ਮਾਰੀ ਅਸਰੇ ਵਿੱਚ ਮੈਂ ਤਫਾ ਘਾਡ ਮਾਰਿਆ ਮੈਂ ਮਾਰਨ ਲੱਗ ਪੈਂ ਫੇਰ ਮੇਰਾ ਅੱਬੂ ਆਇਆ ਇਹਨਾਂ ਨੂੰ ਗਾਣਾ ਕੱਢਦੇ ਰਹਾ ਮੈਂ ਕਿ ਸਰ ਜੀ ਗਾਣਾ ਤੇ ਨਾ ਕੱਢੋ ਫੇਰ ਆਂ ਨਿਆਣੇ ਇਹਨਾਂ ਨੂੰ ਫਾੜ ਕੇ ਗੱਡੀ ਵਿੱਚ ਰੱਖੋ ਇਹਨਾਂ ਨੂੰ ਲਾਇ ਚਲੀ ਚੱਲ ਕਿਨਾਂ ਨੂੰ ਤੇ ਕੁੱਟਨੇ ਆ ਰਖਾਮਦਗਾਰ ਕੋਈ ਨਾ ਸੀ ਪੁਲਿਸ ਆਈ ਗਏ ਅੱਡੇ ਪਾੜਿਆ ਆਲੀ ਤੋਂ ਮ ਵੀ ਐਸਐਚਓ ਆਈ ਤਹਿਸੀਲਦਾਰ ਆਏ ਗਰਦੌਰ ਆਏ ਪਟਵਾਰੀ ਗਾਈ ਆਨੇ ਮਕਾਨ ਖਾਲੀ ਕਰਕੇ ਦੇਉ ਉਹਨਾਂ ਦਾ ਇਹ ਉਹਨਾਂ ਦਾ ਮੈਂ ਗਵਾ ਕਹੇ ਮਕਾਨ ਸਾਡਾ ਆਪਣਾ ਹੈ ਉਹਨਾਂ ਦਾ ਕਾਇੰਦਾ ਸ ਕੋਈ ਖਾਲੀ ਕਰਕੇ ਦੇਣਾ ਧਮਕੀਆਂ ਦਿੱਤੀਆਂ ਨਾ ਮੇਰੇ ਬੱਚੇ ਨੂੰ ਮਾਰਿਆ ਨਾ ਮੇਰਾ ਖਾਵਨ ਮਜ਼ਦੂਰੀ ਤੇ ਗਈ ਆਈ ਤੇ ਉਹਨਾਂ ਦੇ ਨਾਲ ਲੱਗੇ ਨਾ ਯਕੂਬ हुसैन ਪੱਲੂ ਦਾ ਆਰਫ ਮਿਰਜੇ ਦਾ ਅਗੋ ਗੁਲਾਮ ਰਸੂਲ ਉਹ ਸੈਨ ਮੁਮਨ ਸੈਨ ਦਾ ਆਜ਼ਮ ਮੁਮਨ ਸੈਨ ਦਾ ਆਜ਼ਮ ਬਾਦਰੇ ਉਹ ਆਜ਼ਮ ਬਾਦਰੇ ਬੜਾ ਚੇਦਾ ਫਖਰ ਉਹ ਗੋ ਫਖਰ ਆਈ ਰਿਆਸਤ ਆਈ ਗੇ ਨੇਸ ਦੇ ਪੁਲਿਸ ਵਾਲਿਆਂ ਨੂੰ ਸਾਰਿਆ ਬਤਮੀਜ਼ੀ ਕੀਤੀ ਗੇ ਕਰਕੇ ਇੱਥੇ ਬਤਮੀਜ਼ੀ ਗੈਨ ਮੈਂ ਯਕੂਬ ਨਵਾਨੀਆਂ ਇਹਨਾਂ ਨੂੰ ਮਨਾ ਕਰੋ ਆਂਦਾ ਚਲ ਵਾਯਾਤ ਨਾ ਕਰੋ ਚੁੱਪ ਰੱਖ ਤੂੰ ਵਾਯਾਤ ਕਿਉਂ ਕਰਨੀ ਹੈ ਤੇ ਇੱਥੇ ਟਰੈਕਟਰ ਨਾਲ ਵਾਣ ਲੱਗੇ ਨੋ ਤੇ ਮੈਂ ਅੱਗੇ ਹੋ ਗਈਆਂ ਤੇ ਐਸਾ ਚਾਹੁੰਦਾ ਉੱਤੋ ਹੀ ਲਗਾ ਛੱਡੂਗਾ ਮੇਰਾ ਅੱਜ ਜਿਹੜਾ ਕੇਸ ਮੈਂ ਇਫਤਖਾਰ ਸਾਹਿਬ ਦੀ ਅਦਾਲਤ ਵਿੱਚ ਦਾਇਰ ਕੀਤਾ ਹੈ ਮੇਰਾ ਚੱਲਦਾ ਪਿਆ ਲਾਲ ਇਫਤਖਾਰ ਸਾਹਿਬ ਦੀ ਅਦਾਲਤ ਵਿੱਚ ਫਾਲੀਏ ਸਿਵਲ ਜੱਜ ਨੇ ਉਹਨਾਂ ਦੀ ਅਦਾਲਤ ਵਿੱਚ ਮੇਰਾ ਕੇਸ ਚੱਲਦਾ ਪਿਆ ਤੇ ਮੈਂ ਨਾਲ ਕੋਲ ਜਿਸ ਵਕਤ ਕਾਰ ਨਹੀਂ ਸਾਂ ਤੇ ਅੱਜ ਆਏ ਨੇ ਪੁਲਿਸ ਆਈਏ ਗਰਦੌਰ ਆਇਆ ਪਟਵਾਰੀ ਆਇਆ ਉਹਨਾਂ ਆ ਕੇ ਮੇਰੀ بیوی ਨੂੰ ਡਰਾਇਆ ਧਮਕਾਇਆ ਮੈਂ ਆਪਣੇ ਘਰ ਵਿੱਚ ਮੌਜੂਦ ਨਹੀਂ ਸਾਂ ਜਗ੍ਹਾ ਕਿੰਨੀ ਹੈ ਜਗ੍ਹਾ ਹੈ ਮੇਰੀ 10 ਮਰਲੇ ਜਿੱਥੇ ਮੇਰਾ ਮਕਾਨ ਬਣਿਆ ਉਹਨਾਂ ਕੋਲ ਮੇਰਾ ਰਕਬਾ ਤਰੇ ਕਨਾਲੀ ਤੇ 14 ਮਰਲੇ ਸਾਰੀ ਇਹ ਨਾ ਖੋਈ ਇਹ ਮੇਰੇ ਕੋਲ ਮੈਂ ਗਰੀਬ ਬੰਦਾ ਇਹ ਜ਼ਿਆਦਾ ਨੇ ਮੈਂ ਕੱਲਾ ਵਾਂ ਤੇ ਬਰਾਏ ਮਿਹਰਬਾਨੀ ਕਰਕੇ ਮੈਂ ਅਪੀਲ ਕਰਨਾ ਸਾਰਿਆਂ ਭਰਾਵਾਂ ਅੱਗੇ ਵਾ ਮੇਰੇ ਤੇ ਕੋਈ ਮਿਹਰਬਾਨੀ ਕੀਤੀ ਜਾਏ ਥੋੜੀ ਵਜ਼ੀਰ ਅੱਲਾ ਪੰਜਾਬ ਅੱਗੇ ਮੇਰੀ ਦਰਖਾਸਤ ਤੇ ਇਮਰਾਨ ਖਾਨ ਸਾਹਿਬ ਮੇਰੇ ਅੱਗੇ ਦਰਖਾਸਤ ਹੈ ਵਾ ਮੇਰੀ ਕੋਈ ਮਦਦ ਕਰੋ ਸਾਡੇ ਕੋਲ ਇੱਕ طرف ਇੱਕ 10 ਮਰਲੇ ਜ਼ਮੀਨ ਰਹਿ ਗਈ ਜਿਹਨਾਂ ਵਿੱਚ ਸਾਡਾ ਮਕਾਨ ਹੈ ਜਿਸ ਜ਼ਮੀਨ ਵਿੱਚ ਉਹ ਦੂਜੀ ਸਾਡੀ ਸਾਰੀ ਜ਼ਮੀਨ ਖੋਹ ਲਈ ਗਈ ਨਾ ਤੇ ਇਹ ਜਾਜ ਫਲੋਸਾਈ ਰਹੀ ਗਏ ਉਹਦੇ ਫਲੋਸ ਲੈ ਕੇ ਆਏ ਨੋ ਗਰਦੌਰ ਸਾਹਿਬਾਨ ਉਹ ਦੂਜੇ ਆਈ ਪਟਵਾਰੀ ਗਈ ਇਹ ਸੀ ਗਈ ਐਸ ਐਚਓ ਆਈ ਹੋਰ ਫਲੋਸਾਈ ਆ ਕੇ ਧਮਕੀਆਂ ਦੇਂਦੇ ਰਹੇ ਨੋ ਮੈਂ ਕਿ ਹੁਣ ਮਕਾਨ ਵੀ ਸਾਡਾ ਲੈਣਾ ਹੈ ਆਹ ਦੇ ਨੋ ਇਹ ਵੀ ਅਸਾ ਕਬਜ਼ਾ ਲੈਣਾ ਅਸੀਂ ਲੈ ਕੇ ਦੇਣ ਆਇਆ ਮੈਂ ਗੋਗਲਾ ਖੇਤਾਂ ਨੇ ਮੈਨਾਂ ਨੇ ਚੱਲ ਬੀਬੀ ਟਾ ਟਾਰ ਨਾ ਕਰ ਚੱਲ ਬੀਬੀ ਚੁੱਪ ਕਰ ਜਾ ਬਕਵਾਸ ਅਗੋ ਕੱਢਣ ਲੱਗ ਪੈਨੋ ਬੱਚੇ ਮੇਰੇ ਆਖਿਆ ਵਈਏ ਨਾ ਕਿ ਬਕਵਾਸ ਤੇ ਨਾ ਨਾ ਕੱਢੋ ਤੇ ਉਹ ਨਾ ਇਹਦੇ ਸਿਰੇ ਤੇ ਚੰਡ ਮਾਰ ਗਿਆ ਅੱਗੇ ਇਹਦੇ ਸਿਰੇ ਦਾ ਐਕਸੀਡੈਂਟ ਹੋਇਆ ਇਹ ਦੇਖ ਤੇ ਮੈਂ ਆਖਿਆ ਇਹ ਇਹ ਨਾ ਇਹ ਤਾਂ ਅਗਿਆਕਸੀਡੈਂਟ ਹੋਇਆ ਇਸ ਤਰ੍ਹਾਂ ਚੜ ਨਾ ਮਾਰੋ ਇਹ ਗੱਡੀ ਦਿਮਾਗ ਦੇ ਵੱਜੀ ਗਈ ਤੇ ਆਂਦੇ ਨੋ ਅਸਾਂ ਇਨ ਥਾਣੇ ਲੈ ਜਾਣਾ ਸਾਈਥੇ ਵੀ ਕੁੱਟਣਾ ਤੇਨ ਵੀ ਅਸਾਂ ਬਾਖ ਲੈ ਜਾਣਾ ਥਾਣੇ ਤੇ ਜਵਾ ਯਤ ਕਰਨ ਲੱਗ ਪੈ ਨੋ ਤੇ ਮੋਣਾ ਹੈ ਨੋ ਤੇਨ ਆਖਿਆ ਵਈ ਇਹ ਜ਼ਮੀਨ ਮੇਰੀ ਆਪਣੀ ਹੈ ਸਾਡੇ ਮੇਰੇ ਵਾਲਦ ਸਾਬਹ ਰਾਂ ਦੇ ਨਾ ਆਏ ਉਹ ਆਂਦੇ ਨਹੀਂ ਸਾਡੇ ਨਾ ਹੈ ਤੇ ਸਾਡੇਦਾਰ ਬੋਲੇ ਆ ਸੱਚੋ ਬੋਲੇ ਉਹ ਸਾਖਿਆ ਤੂੰ ਕਬਜ਼ਾ ਦੇਣਾ ਜਾਂ ਨਹੀਂ ਦੇਣਾ ਤੁਹ ਕਬਜ਼ਾ ਦੇਣਾ ਜਾਂ ਨਹੀਂ ਦੇਣਾ ਗੋਇਸ ਆਖਾ ਕਬਜ਼ਾ ਮੈਂ ਕਿਉਂ ਦੇਵਾ ਮੇਰੇ ਵਾਲਦ ਸਾਹਿਬ ਹੋਰਾਂ ਦੇ ਜੇ ਨਾ 10 ਮਰਲੇ ਇਹ ਜੇ ਤੇਰੇ ਬਾ ਯਾਦ ਕਰਕੇ ਗਏ ਨਾ ਮੇਰੀ ਡੀਪੀ ਗੋ ਮੰਡੀ ਬਬਲਦੀਨ ਦੇ ਅੱਗੇ ਰਿਕਵੈਸਟ ਏ ਵਜ਼ੀਰ ਅਲਾ ਅੱਗੇ ਮੈਂ ਰਕਸਤ ਏ ਵਜ਼ੀਰ ਪੰਜਾਬ ਅੱਗੇ ਰਿਕਵੈਸਟ ਏ ਇਮਰਾਨ ਖਾਨ ਰਿਕਵੈਸਟ ਏ ਸਾਡੀ ਵਾ ਸਾਡੇ ਨਾਲ ਜ਼ਿਆਤੀ ਹੋ ਰਹੀ ਏ ਬਰਾਏ ਮਿਹਰਬਾਨੀ ਕਰਕੇ ਵਾ ਸਾਡੀ ਇਹ ਜ਼ਮੀਨ ਵੀ ਸਾਡੀ ਏ ਤੇ ਕਾਬਜ਼ ਉੱਤੇ ਹੁੰਦੇ ਨੇ ਪੈ ਨਜਾਇਜ਼ ਕਾਬਜ਼ ਨੇ ਇਹਨਾਂ ਜਿਹੜੀ ਜਗ੍ਹਾ ਨਾਲ ਲੁਆਈ ਉਹਦਾ ਪੈਸਾ ਇੱਕ ਵੀ ਨਹੀਂ ਦਿੱਤੇ ਆ ਆਜ਼ਮ ਵਲਦ ਬਹਾਦਰ ਖਾਂ ਆਜ਼ਮ ਵਲਦ ਗੁਲਾਮ ਮਮਸਾਨ ਯਕੂਬ ਵਲਦ ਮਮਸਾਨ ਆਰਫ ਵਲਦ ਮਿਰਜੇ ਖਾਂ ਠੀਕ ਹੈ ਇਹ ਸਾਡੇ ਸਾਰੇ ਦੁਸ਼ਮਣ ਨੇ ਤੇ ਬਰਾਏ ਮਿਹਰਬਾਨੀ ਕਰਕੇ ਮੇਰਾ ਨੁਕਸਾਨ ਹੋਇਆ ਜਾਂ ਮੇਰੀ بیوی ਦਾ ਜਾਂ ਮੇਰੇ ਬੱਚਿਆਂ ਦਾ ਕੋਈ ਨੁਕਸਾਨ ਹੋਇਆ ਇਹ ਜਵਾਬਦਾਰ ਨੇ ਸਾਰੇ ਸਾਡੀ ਚੋਰੀ ਹੋਈ ਜਾਂ ਕੁਝ ਵੀ ਚੀਜ਼ ਹੋਈ ਸਾਡੀ ਮੇਰੇ ਕਿਸੇ ਵੀ ਜੀਅ ਦਾ ਨੁਕਸਾਨ ਹੋਇਆ ਤੇ ਮੇਰੇ ਮੁਜਰਮ ਮੁੰਦਾ ਆਜ਼ਮ ਹੈ ਬੜਾ ਆਚਾ ਡੇਰਾ ਬੜਾ ਆਚਾ ਦਾ ਖਾਨ ਮਮ ਦੇ ਕੋਲ ਜ਼ਮੀਨ ਮੈਂ 9 ਮਰਲੇ ਮੁੱਲ ਲਈਏ 8.5 ਲੱਖ ਨਹੀਂ ਖਾਨ ਮਮ ਜੇ ਜਿਸ ਤਰੀਕਾ ਕੇ ਇਹ ਜਨਾਬ ਇਹ ਕਬਜ਼ਾ ਨਜਾਇਜ਼ ਕਰ ਰਿਹਾ ਹੈ ਜਵੇਦ ਖਾਨ ਮੈਂ ਉਹਦੇ ਚ ਰਕਮ ਉਹਨੇ ਦੇ ਛੜੀਏ ਸਾਲ ਤੋਂ ਬਾਅਦ ਉਹ ਫਤ ਹੋ ਗਿਆ ਹੈ ਇਹ ਉਹਦਾ ਨਕਸੀ ਕਾਟ ਚੇਂਜ ਕੀਤਾ ਹੈ ਬਈ ਮੈਂ ਖਾਨ ਮੁਮਦੇ ਦਾ ਪੁੱਤਰ ਹਾਂ ਇਹ ਪੁੱਤਰ ਹੈ ਲਤੀ ਮਥਲੀਏ ਦਾ ਮੰਡੇ ਬੋਲ ਦੇ ਦੇ ਮਾਲਾ ਸ਼ਖਸਾਵਾਦ ਉਹਦਾ ਪੁੱਤਰ ਹੈ ਇਹ ਖਾਨ ਮੁਮਦੇ ਦਾ ਪੁੱਤਰ ਨਹੀਂ ਮੈਂ ਜ਼ਮੀਨ ਉਹਦੇ ਕੋ ਮੋਲ ਲਈਏ ਮੈਂ ਜਨਾਬ ਕੇਸ ਕਰਕੇ ਛਟੇ ਲੈ ਕੇ ਕਬਜ਼ਾ ਇਸ ਮੇਰੀ ਜ਼ਮੀਨ ਤੇ ਨਜਾਇਜ਼ ਕੀਤਾ ਹੈ। ਕਮੇਟ ਸੰਨ ਕਬਜ਼ਾ ਲੈ ਕੇ ਦੇ ਰਹੀ ਅਸੀਂ مزید ਦਖਲ ਲੈ ਕੇ ਆ ਰਹੇ ਹਾਂ ਔਰ ਹਕੂਮਤ ਸਾਨੇ ਕਬਜ਼ਾ ਲੈ ਕੇ ਦੇ ਰਹੀ ਹੈ। ਕੋਈ ਇਸ ਦੇ ਨਾਲ ਫਰਾਡ ਨਹੀਂ ਹੋ ਰਿਹਾ, ਕੋਈ ਕੁਝ ਨਹੀਂ ਹੋ ਰਿਹਾ। ਫਰਾਡ ਹੈ ਉਲਟਾ ਸਾਡੇ ਨਾਲ ਸਰ ਕਰ ਰਿਹਾ ਠੀਕ ਹੈ। ਤੇ ਸਰਾ ਸਰ ਕਰ ਰਿਹਾ। ਅਸੀਂ ਇਹਦੇ ਅੱਗੇ ਬਾਰ-ਬਾਰ ਰਿਕਵੈਸਟ ਕੀਤੀ ਅਗਰ ਤੇਰੇ ਨਾਂ ਕੋਈ ਮਰਲਾ ਕੋਈ ਕੋਈ ਚੀਜ਼ ਹੋਵੇ ਤਾਂ ਤੇ ਕੋਈ ਸਬੂਤ ਪੇਸ਼ ਕਰੇ। ਸਾਡੇ ਕੋਲ ਬਕਾਇਦਾ ਸਾਰੇ ਟੋਟਲ ਸਬੂਤ ਨੇ ਰਜਿਸਟਰੀ ਸਾਡੇ ਨਾਂ ਹੈ ਵਾਲਦ ਦੇ ਔਰ ਇਹ ਸੰਨ ਆਕ ਨਹੀਂ ਦੇ ਰਿਹਾ। ਅਸਾਂ ਕਮਤ ਕੌਲ ਅਪੀਲ ਵੀ ਕੀਤੀ ਏ ਕਈ ਵਾਰ ਕੀਤੀ ਏ ਠੀਕ ਏ ਤੇ ਸਾਨੇ ਦਖਲ ਮਿਲਿਆ ਠੀਕ ਏ ਉਹਨਾਂ ਹਕੂਮਤ ਸਾਨੂੰ ਇਹ ਲੈ ਕੇ ਕਬਜ਼ਾ ਦੇ ਰਹੀ ਏ ਸੇ ਫਰਾਡੀ ਬੰਦੇ ਕੋਲੋਂ ਜੀ ਬਜ਼ੁਰਗੋ ਕੀ ਨਾਏ ਤੁਹਾਡਾ ਖਾਨ ਮੁਹੰਮਦ ਵਲਦੀयत ਕੀ ਜੀ ਪਲੂ ਪਲੂ ਕਿਥੋਂ ਦੇ ਰਹਿਣ ਵਾਲਿਓ ਜਿਗਰਵਾ ਜਰਾਣਾ ਕੀ ਕੌਮ ਜੇ ਜਿਗਰਾ ਦੁਦਰਾ ਤੇ ਕੀ ਮਸਲਾ ਬਣਿਆ ਤੁਹਾਡੇ ਨਾਲ ਮੰਡੀ ਦਾ ਮਸੰਨੀ ਏ ਜੀ

ਏ ਗਰਾਲੇ ਅੱਛਾ ਕਿੰਨੇ ਕਾਇਰ ਮਰਲੇ ਟ੍ਰੈਕ ਨਾਲੀ 14 ਮਰਲੇ ਵਿੱਚ ਤੁਹਾਡਾ ਮਕਾਨ ਹੈ ਤੇ ਹੁਣ ਉਹ ਸਣੇਬਾਲ ਬੱਚੇ ਤੁਹਾਡੇ ਮਕਾਨ ਵਿੱਚ ਹੈ ਜੀ ਸਣੇਬਾਲ ਬੱਚੇ ਮਕਾਨ ਵਿੱਚ ਕਿੰਨਾ عرصਾ ਹੋ ਗਿਆ ਉਹਨ ਮਕਾਨ ਚ 4 ਸਾਲ ਹੋ ਗਏ ਨੇ ਜੀ ਉਹ ਪਿੱਛੋਂ ਆਪ ਮੰਡੀ ਦਾ ਹੁਣ ਕੀ ਆਖਦਾ ਮੈਂ ਨਾ ਛੱਡ ਦੇ ਮੇਰੀ ਮੈਨ ਵੀ ਸੀ ਹਰਾਂ ਦਿਓ ਅੰਦਰ ਨਹੀਂ ਮੈਂ ਜਰਾ ਫੁੱਟਾ ਉਹਨੇ ਤੁਹਾਡੀ ਜ਼ਮੀਨ ਮਕਾਨ ਤੇ ਕਬਜ਼ਾ ਕਰ ਲਿਆ ਹਾਂ ਤੇ ਤੁਹਾਨੂੰ ਤੋਂ ਕੱਢ ਛੱਡਿਆ ਸੀ ਤੁਸੀਂ ਕਿੱਥੇ ਹੁੰਦੇ ਹੋ ਸਰਦੀ ਵਿੱਚ ਇਹਦੇ ਕਾਰੇ ਮੈਂ ਚਾਹੁੰਦੇ ਹਾਂ 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 ਸਰਦੀ ਵਿੱਚ ਤੇ ਤੁਸੀਂ ਕਿਦਾ ਯੋਰ ਦਰਖਾਸਤ ਨਹੀਂ ਕਿਸੇ ਮਹਿਕਮੇ ਨੂੰ ਦਿੱਤੀ ਜੀ ਥਾਣੇ ਪੜਿਆ ਅੱਛਾ ਕੋਈ ਨੇ ਸੁਣੀ ਕੀ ਆਂਦੇ ਨੇ ਥਾਣੇ ਵਾਲੇ ਕੀ ਜਾਂਦੇ ਨੇ ਥਾਣੇ ਵਾਲੇ ਇੱਕ ਤਾਂ ਰਾਹੀ ਨਾਲ ਲਿਖ ਕਰਦੇ ਆ ਹਾਂ ਹਾਂ ਸੀ ਅੱਗੇ ਦੇਖ ਰਿਹਾ ਮੈਂ ਜੁਰਾਵੀ ਨਾਲ ਬੰਦੇ ਡੀਪੀਓ ਸਾਹਿਬ ਕੇ ਦਰਖਾਸਤ ਦਿੱਤੀ ਜੇ ਦਿੱਤੀ ਉਹ ਕੀ ਆਂਦੇ ਨੇ ਉਹ ਆਂਦੇ ਨੇ ਉਹ ਨਾ ਥਾਣੇ ਕੱਢੀ ਅੱਛਾ ਥਾਣੇ ਆਇਆ ਜਿਹੜਾ ਬੰਦੇ ਉਸ ਲਿਖ ਨੂੰ ਉੱਠਾ ਕਰ ਜੜਾ ਰਾਹੀ ਨਾਲ ਅੱਛਾ ਨਿਆਂ ਨਹੀਂ ਦਿੱਤਾ ਕਿ ਮੇਰਾ ਪੁੱਤਰ ਨਹੀਂ ਆਹ ਹਾਂ ਦੋ ਬੰਦੇ ਸ਼ਾਤੀ ਵੀ ਨੇ ਕੋਲ ਦੋ ਨੇ ਅੱਛਾ ਇੱਕੀ ਦਾ ਨਾਮ ਮਫਤਾਰ ਹੈ ਮਾਨ ਹੈ ਜੀ ਇੱਕੀ ਦਾ ਨਾਮ ਆਦਮ ਹੈ ਬੜੈਸ਼ ਹੈ ਅੱਛਾ ਦੋਵੇਂ ਮੌਜੂਦ ਨੇ ਤੇ ਉਹ ਜਿਹੜਾ ਜਵੇਦ ਦੇ ਜਿਸ ਤੁਹਾਡੇ ਮਕਾਨ ਤੇ ਕਬਜ਼ਾ ਕੀਤੇ ਹੈ ਉਹ ਕੌਮ ਦਾ ਮਸੱਲੀ ਹੈ ਕੌਮ ਦਾ ਮਸੱਲੀ ਉਹਦੀ ਵਲਦੀਅਤ ਕੀ ਹੈ ਵਲਦੀਅਤ ਉਹਦੀ ਵਜ੍ਹਾ ਨਹੀਂ ਹੈ ਨਾ ਕਿ ਲਕੀਫ ਤੇ ਉਹ ਆਪਣਾ ਜਿਹੜਾ ਲਤੀਫ ਦਾ ਪੁੱਤਰ ਏ ਜਵੇਦ ਉਹਦਾ ਸ਼ਨਾਖਤੀ ਕਾਰਡ ਉੱਤੇ ਕੀ ਏ ਉਹਦੇ ਸ਼ਨਾਖਤੀ ਕਾਰਡ ਨੂੰ ਏ ਉਹ ਇਹ ਵਲਦੀਆ ਲਤੀਫ ਏ ਹੁਣ ਉਹ ਆਖਦਾ ਮੈਂ ਤੁਹਾਡਾ ਪੁੱਤਰ ਹਾਂ ਤੁਹਾਡੀ ਜ਼ਮੀਨ ਤੇ ਤਾਂ ਮੇਰਾ قبضہ ਹੈ ਅੱਛਾ ਅੱਛਾ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਆ ਸਾਡਾ ਹੱਕ ਮਕਾਨ ਤੁਹਾਨੂੰ ਵਾਪਸ ਦੇ ਦੇਵੇ ਜ਼ਮੀਨ ਵਾਪਸ ਦੇ ਦੇਵੇ ਅੱਛਾ ਅਸ਼ੰਕ ਗੁਰਗੱਲ ਕਰਨੇ ਮੈਂ ਉਸੇ ਜੀਵਨ ਪੂਰੇ ਕਰਨ ਜੀ ਉਹ ਤੁਹਾਡੀ ਇਹ ਇੰਤਕਾਲ ਉਹਦਾ ਕਿਹਦੇ ਨਾ ਹੈ ਵਿਰਾਸਤ ਕਿਦੀ ਹੋ ਤੁਹਾਡੇ ਨਾ ਉਹਦਾ ਜ਼ਮੀਨ ਦਾ ਫਰਜ਼ ਤੁਹਾਡੇ ਨਾ ਹੈ